ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਆਨ ਦੋਸਤੋ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਦੋਸਤੋ ਝੋਨੇ ਦੇ ਵਿੱਚ ਕਈ ਤਰੀਕੇ ਦੇ ਨਦੀਨ ਹੋ ਜਾਂਦੇ ਆ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਕਦੂ ਕਰਕੇ ਝੋਨਾ ਲਾਇਆ ਹੈ ਜਿਹੜੇ ਉਹਦੇ ਵਿੱਚ ਨਦੀਨ ਹੁੰਦੇ ਆ ਉਹਨਾਂ ਦਾ ਕੰਟਰੋਲ ਕਿਵੇਂ ਕਰਨਾ ਹੈ ਆਪਾਂ ਕੱਲ ਇੱਕ ਵੀਡੀਓ ਪਾ ਕੇ ਗੱਲ ਕੀਤੀ ਸੀਗੀ ਕਿ ਜੇ 10 ਤੋਂ 12 ਦਿਨ ਝੋਨਾ ਕਦੂ ਕਰਕੇ ਲਾਇਨ ਨੂੰ ਹੋ ਗਿਆ ਤੇ ਉਹ ਚ ਨਿੱਕੇ ਨਿੱਕੇ ਨਦੀਨ ਹੋ ਗਏ ਤਾਂ ਆਪਾਂ ਕੀ ਚੀ ਵਰਤਣੀ ਹੈ ਹੁਣੇ ਚ ਆਪਾਂ ਗੱਲ ਕਰਦੇ ਹਾਂ ਕਿ 10 ਤੋਂ 12 ਦਿਨ ਤੋਂ ਜ਼ਿਆਦਾ ਟਾਈਮ ਹੋ ਗਿਆ। ਨਦੀਨ ਥੋੜੇ ਜੇ ਵੱਡੇ ਹੋ ਗਏ। ਤਾਂ ਆਪਾਂ ਉਹਨਾਂ ਦਾ ਕੰਟਰੋਲ ਕਿਵੇਂ ਕਰਾਂਗੇ? ਤਾਂ ਦੋਸਤੋ ਇੱਕ ਏ ਏਡੀਓ ਨੇ ਡਾਕਟਰ ਜਸ਼ਨਪ੍ਰੀਤ ਸਿੰਘ ਬਰਾੜ। ਸ਼੍ਰੀ ਮੁਕਸਤ ਸਾਹਿਬ ਦੇ ਵਿੱਚ ਨੇ ਇਹ। ਇਹਨਾਂ ਨੇ ਇੱਕ ਪੀਪੀਟੀ ਬਣਾਈ ਹੈ। ਬੜੀ ਸੋਹਣੀ ਪੀਪੀਟੀ ਬਣਾਈ ਹੈ। ਤਾਂ ਮੈਂ ਇਹਦੀ ਮਦ ਲੈ ਰਿਹਾ ਡਾਕਟਰ ਜਸ਼ਨਪ੍ਰੀਤ ਸਿੰਘ ਬਰਾੜ ਜੀ ਦੀ। ਤਾਂ ਧੰਨਵਾਦ ਸਹਿਤ ਇਹਨਾਂ ਨੇ ਇਹ ਬਣਾ ਰਿਹਾ। ਮੁੱਖ ਤੌਰ ਤੇ ਜੇ ਅਸੀਂ ਨਦੀਨਾਂ ਦੀ ਗੱਲ ਕਰੀਏ ਤਾਂ ਨਦੀਨਾਂ ਦੇ ਵਿੱਚ ਇੱਕ ਤਾਂ ਹੁੰਦੇ ਆ ਘਾ ਵਰਗੇ ਨਦੀਨ ਜਿਵੇਂ ਆਪਣੇ ਘਾ ਵਰਗੇ ਹੁੰਦੀ ਹੈ ਅੱਗੇ ਆਪਾਂ ਫੋਟੋ ਦੇਖਦੇ ਹਾਂ ਦੂਜੇ ਹੁੰਦੇ ਆ ਚੌੜੇ ਪੱਤਿਆਂ ਵਾਲੇ ਨਦੀਨ ਇੱਕ ਹੁੰਦੇ ਆ ਸੈਜਸ ਜਿਹਨੂੰ ਆਪਾਂ ਕਹਾਂਗੇ ਮੋਥੇ ਜਿਹਨੂੰ ਤੁਸੀਂ ਮੁਰਕ ਕਹਿ ਦਿੰਨੇ ਹੋ ਠੀਕ ਹੈ ਤਿੰਨ ਤਰ੍ਹਾਂ ਦੇ ਨਦੀਨ ਮੁੱਖ ਤੌਰ ਤੇ ਹੁੰਦੇ ਆ ਨੰਬਰ 1 ਤੇ ਘਾ ਵਾਲੇ ਨੰਬਰ 2 ਤੇ ਚੌੜੀ ਪੱਤੀ ਵਾਲੇ ਤੇ ਨੰਬਰ 3 ਤੇ ਮੋਥੇ ਤਾ ਤਿੰਨਾ ਤਰੀਕਾ ਨੇ ਨਦੀਨਾਂ ਨੂੰ ਆਪਾਂ ਤਿੰਨ ਭਾਗਾਂ 'ਚ ਵੰਡਣਾ ਜਦੋਂ ਵੀ ਆਪਾਂ ਕੰਟਰੋਲ ਕਰਨੀ ਆ ਆਪਾਂ ਇਹ ਦੇਖਣਾ ਮੇਰੇ ਖੇਤ ਨਦੀਨ ਕਿਹੜਾ ਹੈ ਕਾਹ ਵਾਲੇ ਹੈ ਜਾਂ ਚੌੜੀ ਪੱਤੀ ਵਾਲੇ ਹੈ ਜਾਂ ਮੋਥੇ ਦੇਖੋ ਜੇ ਤਾਂ ਤੁਹਾਡੇ ਖੇਤ ਦੇ ਵਿੱਚ ਇਹ ਮੋਥੇ ਹੈ ਠੀਕ ਹੈ ਇਹ ਮੋਥਾ ਹੋ ਗਿਆ ਇਹਦੇ ਨਾਲ ਨਾਲ ਸਵਾੰਕ ਹੈ ਬਾਕੀ ਦੋ ਇੱਕ ਤਰ੍ਹਾਂ ਦੇ ਕਾਹ ਹੋ ਗਏ ਕਿਹੜੇ ਕਿਹੜੇ ਨੰਬਰ 1 ਤੇ ਸਵਾੰਕ ਤੇ ਨੰਬਰ 2 ਚੋਂ ਨੇ ਮੋਥੇ ਤਾਂ ਫਿਰ ਇਹਦੇ ਵਾਸਤੇ ਆਪਣੇ ਕੋਲ ਦਵਾਈ ਆਉਂਦੀ ਹੈ ਨੋਮਨੀ ਗੋਲਡ ਜੀਚ ਬਿਸਪੈਰੀਬਿਕ ਸੋਡੀਅਮ ਸਾਲਟ ਹੁੰਦਾ ਕਿਹੜਾ ਬਿਸਪੈਰੀਬਿਕ ਸੋਡੀਅਮ ਜਿਸ ਤਿੱਕਾ ਨਾਲ ਰਕਸਮ ਲਿਖਿਆ ਕਿ 100 ਐਮਐਲ ਪਰ ਏਕੜ ਇਹਨੂੰ ਆਪਾਂ ਪਾ ਕੇ ਵਰਤਣਾ ਤੇ ਸਵਾੰਗ ਤੇ ਝੋਨੇ ਜਿਹੜੀ ਮੋਥੀ ਹੈਗੀ ਆ ਦੋਨਾਂ ਨੂੰ ਇਹੇ ਮਾਰ ਦੇਵੇਗੀ ਤਾਂ ਸਪਰੇਅ ਕਰਨ ਦੇ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜੈਸ ਸਮੇਂ ਆਪਾਂ ਸਪਰੇਅ ਕਰਨਾ ਹੈ ਉਸ ਸਮੇਂ ਖੇਤ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਖੇਤ ਸੁੱਕਾ ਵੀ ਨਹੀਂ ਹੋਣਾ ਚਾਹੀਦਾ ਖੇਤ ਗਿੱਲਾ ਹੋਣਾ ਚਾਹੀਦਾ ਤੇ ਸਪਰੇਅ ਕਰ ਤੋਂ ਬਾਅਦ ਆਪਾਂ ਅੱਗੇ ਨਮੀ ਮੇਨਟੇਨ ਰੱਖਣੀ ਹੈ ਤਾ ਇਹ ਨਹੀਂ ਹੈਗਾ ਤੁਸੀਂ ਕਿ ਖੇਸਕਾ ਦੇਣਾ ਹੈ ਨਹੀਂ 24 ਤੋਂ 48 ਘੰਟੇ ਦੇ ਵਿੱਚ ਦੁਬਾਰਾ ਪਾਣੀ ਖੇਤ ਦੇ ਵਿੱਚ ਆਪਾਂ ਭਰ ਦੇਣਾ ਫੇਰ ਨਦੀਨ ਚੰਗੇ ਤਿੱਕਣਾ ਮਰੇਗਾ ਤੇ ਸਪਰੇਅ ਕਰਨ ਲੱਗਿਆਂ 150 ਲੀਟਰ ਪਾਣੀ ਵਰਤਣਾ ਤੇ ਵੱਡਾ ਧਿਆਨ ਇਹ ਰੱਖਣਾ ਹੈ ਕਿ ਕਟ ਵਾਲੀਆਂ ਟੱਕ ਵਾਲੀ ਨੋਜ਼ਲ ਆਪਾਂ ਵਰਤਣੀ ਹੈ ਕਲੀਅਰ ਹੈ ਅੱਗੇ ਚੱਲੀਏ ਅੱਗੇ ਆ ਗਿਆ ਤੁਹਾਡੇ ਕਾ ਕਾ ਕਿਹੜੇ ਕਿਹੜੇ ਜਿਵੇਂ ਤੁਹਾਡਾ ਇਹ ਕਾ ਦੇਖ ਲਓ ਤੁਸੀਂ ਫੋਟੋ ਤੋਂ ਤੁਹਾਨੂੰ ਸਮਝ ਆ ਜਾਏਗੀ ਕੁਛ ਨਾ ਪੁੱਛਣਾ ਦੀ ਇਹ ਸਾਰੇ ਕਾ ਜੇ ਤੁਹਾਡੇ ਖੇਤ ਦੇ ਵਿੱਚ ਹੁੰਦੇ ਆ ਤਾਂ ਇਹਨਾਂ ਸਾਰੇ ਕਾਮਾਂ ਵਾਸਤੇ ਆਪਾਂ ਕੀ ਵਰਤਾਂਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਹਨਾਂ ਆਸਤੇ ਕੀ ਕਹਿੰਦੀ ਹੈ ਕਿ ਰਾਈਸਟਾਰ ਜਿਵੇਂ ਕਿ ਲੈਪਟੋਕਲੋਆਕਾ ਜਿਨੀਕਾ ਕਿਨੋਫਕੇਨੇ ਕਨਕੀਕਾ ਇਹਨਾਂ ਆਸਤੇ ਕੀ ਕਰਾਂਗੇ ਅਸੀਂ ਫੀਨੋਕਸਾ ਪ੍ਰੋਪ ਪੀਥਾਈ 400 ਮਿਲੀਲੀਟਰ ਕਿਲੇ ਦਾ ਪਾਵੇਗਾ ਅੱਜ ਕਿਸਾਨ ਵੀਰ ਨੇ ਕਿਹਾ ਕਿ ਮੈਂ ਰਾਈਸਟਾਰ ਪਾਈ ਸੀਗੀ ਤਾਂ ਮੇਰਾ ਸਾਰਾ ਝੋਨਾ ਖਰਾਬ ਹੋ ਗਿਆ ਦੇਖੋ ਜਦੋਂ ਤੁਸੀਂ ਕਟ ਵਾਲੀ ਨੋਜ਼ਲ ਦੀ ਜਗ੍ਹਾ ਬੋਲ ਨੋਜ਼ਲ ਵਰਤੋਗੇ ਤੁਹਾਡਾ ਨੁਕਸਾਨ ਹੋਵੇਗਾ ਹੀ ਹੋਵੇਗਾ ਇਸ ਚੀਜ਼ ਦਾ ਧਿਆਨ ਤੁਸੀਂ ਰੱਖਣਾ ਹੀ ਰੱਖਣਾ ਹੈ ਹੁਣ ਤੁਹਾਡੇ ਖੇਤ ਚ ਮੋਥਾ ਹੋ ਗਿਆ ਠੀਕ ਹੈ ਆ ਦੋਵੇਂ ਤਿੰਨੇ ਤਰ੍ਹਾਂ ਦਾ ਮੋਥਾ ਹੋ ਗਿਆ ਘ੍ਰਿਲਾ ਹੋ ਸਣੀ ਹੋ ਗਈ ਘ੍ਰਿਲਾ ਹੋ ਗਿਆ ਤਾਂ ਜਦੋਂ ਇਹ ਹੈਗਾ ਤਾਂ ਤੁਹਾਡੇ ਕੋਲ ਜਿਹੜੀ ਦੋ ਤਿੰਨ ਦਵਾਈਆਂ ਨੇ ਉਹ ਕਿਹੜੀਆਂ ਕਿਹੜੀਆਂ ਦਵਾਈਆਂ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਦੇਖੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਿਆਨ ਦਾ ਕਹਿਣਾ ਹੈ ਕਿ ਝੋਨੇ ਦੇ ਮੋਥੇ ਹੋਗੇ ਚੋੜੇ ਪੱਤੇ ਵਾਲੇ ਨਦੀਨ ਹੋ ਗਏ ਘ੍ਰਿਲਾ ਹੋ ਗਿਆ ਸਣੀ ਹੋ ਗਈ ਠੀਕ ਹੈ ਇਹਨਾਂ ਇਹ ਚੀਜ਼ਾਂ ਨੇ ਤਾਂ ਤੁਸੀਂ ਐਲ ਗ੍ਰਿਪ 20 ਡਬਲਯੂ ਜੀ 30 ਗ੍ਰਾਮ ਵਰਤੋਗੇ ਜੇ ਤੁਹਾਡੇ ਖੇਤ ਦੇ ਵਿੱਚ ਪਿਆਜ਼ੀ ਬੁੱਟੀ ਜੀ ਹੋ ਗਈ ਹੈ ਉਹਨੂੰ ਵੀ ਐਲ ਗ੍ਰਿਪ 30 ਗ੍ਰਾਮ ਮਾਰ ਦੇਵੇਗੀ ਜੇ ਨਦੀਨ ਬਹੁਤ ਛੋਟਾ ਹੈ ਝੋਨੇ ਦੇ ਮੋਥੇ ਦੇ ਚੋੜੇ ਪੱਤੇ ਵਾਲੇ ਨਦੀਨ ਘ੍ਰਿਲਾ ਸਣੀ ਵਗੈਰਾ ਤਾਂ ਫਿਰ ਤੁਸੀਂ ਜਿਹੜਾ ਹੈਗਾ ਇਥੌਕਸੀ ਸਲਫੂਰਾਨ ਜਿਹੜਾ ਸਨ ਰਾਈਜ਼ ਵਾਲਾ ਸਾਲਟ ਹੈਗਾ ਉਹ 50 ਗ੍ਰਾਮ ਵਾ ਸਕਦੇ ਹੋ ਜੋ ਨੇਰੇ ਮੋਥੇ ਤੇ ਚੌੜੀ ਪੱਤੀ ਵਾਲੇ ਨਿੱਕੇ ਨਿੱਕੇ ਨਦੀਨ ਹੈਗੇ ਤੇ ਬੈਂਸਲਪੂਰਾ ਨਾ ਲੌਂਡੈਕਸ ਵਾਲਾ ਸਾਲਟ 40 ਗ੍ਰਾਮ ਵਰਤ ਸਕਦੇ ਹਾਂ ਤਾਂ ਸੈਗਮੈਂਟ ਵਰਤ ਸਕਦੇ ਹਾਂ ਠੀਕ ਹੈ ਇੱਕ ਦਵਾਈ ਆਉਂਦੀ ਹੈ ਐਲ ਮਿਕਸ ਜਿਹਦੇ ਵਿੱਚ ਕਲੋਰੀਮਿਉਰਾਨ ਇਥਾਈਲ ਤੇ ਮਿਰਸਲਫੁਰਨ ਇਥਾਈਲ ਹੁੰਦਾ ਹੈ ਜੇ ਝੋਨੇ ਦੇ ਵਿੱਚ ਮੋਥੇ ਹੋਵੇ ਗੰਡੀ ਵਾਲਾ ਮੋਥਾ ਹੋਵੇ ਡੀਲਾ ਮੋਥਾ ਹੋਵੇ ਤੇ ਚੌੜੀ ਪੱਤੀ ਵਾਲੇ ਨਦੀਨ ਹੋਣ ਤਾਂ ਤੁਸੀਂ ਐਲ ਐਮ ਐਕਸ ਵਾਲਾ ਸਾਲਟ 8 ਗ੍ਰਾਮ ਕਿਲੇਰਾ ਖੇਚ ਵਰਤੋਗੇ ਅੱਜ ਕੱਲ ਨਾ ਇੱਕ ਨਵੀਆਂ ਦਵਾਈਆਂ ਆ ਗਈਆਂ ਬਹੁਤ ਸੋਹਣੀਆਂ ਜਿਵੇਂ ਤੁਹਾਡੇ ਖੇ ਸਵਾਕ ਹੈ ਝੋਨੇ ਦੇ ਮੋਥੇ ਹੈ ਛਤਰੀ ਵਾਲਾ ਮੋਥਾ ਡੋਡੀ ਵਾਲਾ ਮੋਥਾ ਤੇ ਕੋਈ ਹੈ ਕੋਈ ਤਾਂ ਸਮਝੋ ਨਾ ਕੋਈ ਤੇ ਜਿਹੜੀ ਆਪਣਾ ਪਿਆਜੀ ਹੈ ਕਿਉਂ ਤੇ ਪਿਆਜੀ ਕਹਿੰਦੇ ਹੋ ਤੇ ਚੌੜੀ ਪੱਤੀ ਵਾਲੇ ਨਦੀਰ ਮੈਂ ਕਹਿੰਦਾ ਸਾਰੇ ਹੀ ਕੋਸ਼ਾ ਤੁਹਾਡੇ ਖੇਤ ਦੇ ਵਿੱਚ ਤਾਂ ਉਹਦੇ ਲਈ ਇੱਕ ਦਵਾਈ ਹੈਗਾ ਨੋਵਿਕ ਸੈੱਟ ਇਹ ਇਹਦੇ ਵਿੱਚ 3.25 OD ਹੁੰਦੀ ਹੈ ਫਲੋਰ ਫਾਈਰਾਕਸੀਫੇਨ 1.3% ਹੁੰਦਾ ਹੈ ਪਿਨੋਕਸੋਲਮ 2.1% ਹੁੰਦਾ ਹੈ ਠੀਕ ਹੈ ਇਹ ਦੋ ਦਵਾਈਆਂ ਰਲੀਆਂ ਹੋਈਆਂ ਇਹਦੇ ਵਿੱਚ ਤੇ ਇਹ ਤੁਹਾਡੇ ਸਾਰੇ ਹੀ ਨਦੀਨ ਜਿਹੜੇ ਹੈਗੇ ਆ ਉਹਨਾਂ ਨੂੰ ਮਾਰ ਦਿੰਦੀ ਹੈ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਇੱਥੇ ਇਹਦਾ ਵਰਣਨ ਕੀਤਾ ਹੋਇਆ ਤੁਸੀਂ ਇੱਥੇ ਦੇਖੋਗੇ ਇਹ ਵਾਲਾ ਨਦੀਨ ਹੈ ਇਹਦੇ ਉੱਤੇ ਸੈਗਮੈਂਟ ਦਵਾਈ ਕੰਮ ਕਰੇਗੀ ਹਾਂ ਨੋਵਿਕਸਿਡ ਇਹਦੇ ਵਿੱਚ ਜਿਹੜਾ ਹੈਗਾ ਸਵਾਕ ਸਾਰੇ ਮੌਥੇ ਜੋ ਵੀ ਚੀਜ਼ਾਂ ਹੈਗੀਆਂ ਉਹਨਾਂ ਨੂੰ ਇਹ ਮਾਰ ਦੇਵੇਗਾ ਠੀਕ ਹੈ ਤਾਂ ਇਹਦੇ ਵਿੱਚ ਇਹਦੇ ਵਿੱਚ ਕੀ ਹੈ ਕਿ ਇਹਨੇ ਕਿਹੜੇ ਕਿਹੜੇ ਮਾਰਨੇ ਆ ਨੋਵਿਕ ਸੈਟ ਹੈ ਸਵਾੰਕ ਝੋਨੇ ਦੇ ਮੋਥੇ ਕੋਈਆਂ ਵਾਲਾ ਮੋਥਾ ਸਾਰਾ ਖੁਸ਼ ਹੈਗਾ ਠੀਕ ਇਹਦੇ ਨਾਲ ਨਾਲ ਇੱਕ ਦਵਾਈ ਹੋ ਰਹਿ ਇੱਕ ਇਤਸੂ ਇਹ 500 ਮਲ ਪੈਣੀ ਹੈ ਜੀ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਬਿਸਪਾਇਰੀਬਿਕ ਸੋਡੀਅਮ ਠੀਕ ਹੈ ਨੋਮਨੀ ਕੋਲ ਵਾਲਾ ਸਾਲਟ ਹੈ 30% ਓਪਾਤਾ ਕਲੋਰੋਮਿਊਰਾਨ 2.5% ਪਾਤਾ ਤੇ ਨਾਲ ਇਹਦੇ ਜਿਹੜਾ ক্লোਰੋਮਿਊਰ ਆ ਜਿਹੜਾ ਆ ਐਲ ਐਕਸ ਦੇ ਵਿੱਚ ਹੈ ਤੇ ਨਾਲ ਆ ਮਿਟਸਲ ਪੂਰਨ ਪਾਤਾ ਮਤਲਬ ਕਿ ਇਹਨਾਂ ਨੇ ਕੀ ਕੀਤਾ ਕਿ ਨੋਮਨੀਕੋਡ ਵਾਲਾ ਸਾਲਟ ਤੇ ਨਾਲ ਤੁਹਾਡਾ ਜਿਹੜਾ ਹੈਗਾ ਆ ਜਿਹੜਾ ਹੈਗਾ ਸੀ ਆਪਣਾ ਐਲ ਐਕਸ ਵਾਲਾ ਸਾਲਟ ਇਹ ਦੋਵੇਂ ਰਲਾਤੇ ਇਹ ਦੋਵੇਂ ਰਲਾ ਕੇ ਤੇ ਇੱਕ ਇਹੋ ਜਿਹੀ ਚੀ ਬਣਾਤੀ ਜਿਹੜੀ ਹੁਣ ਤੁਹਾਡੇ ਸਵਾੰਕ ਨੂੰ ਹੀ ਮਾਰੂਗੀ ਚੌੜੀ ਪੱਤੀ ਵਾਲੇ ਨਦੀਨ ਵੀ ਮਾਰੂਗੀ ਤੇ ਨਾਲ ਮੋਥੇ ਵੀ ਮਾਰੂਗੀ ਤੇ ਇਹ 40 ਗ੍ਰਾਮ ਖੇਤ ਦੇ ਵਿੱਚ ਪੈਂਦੀ ਹੈ ਤਾਂ ਥੋੜਾ ਜਿਹਾ ਮੇਰੇ ਖਿਆਲ ਚ ਇਹ ਕਨਫਿਊਜ਼ਿੰਗ ਹੋ ਗਿਆ ਹਨਾ ਇਹਨੂੰ ਆਪਾਂ ਦੁਬਾਰਾ ਤੋਂ ਕਰਦੇ ਹਾਂ ਦੇਖੋ ਮੇਰਾ ਖੇਤ ਹੈ ਖੇਤ ਦੇ ਵਿੱਚ ਝੋਨਾ ਲੱਗੇ ਨੂੰ 20-25 ਦਿਨ ਹੋ ਗਏ ਤੇ ਮੇਰੇ ਨਦੀਨ 2 ਤੋਂ 4 ਪੱਤੀ ਦੇ ਹੋ ਗਏ ਠੀਕ ਹੈ ਤਾਂ ਉਹ ਸਥਿਤੀ 'ਚ ਮੈਂ ਕੰਮ ਕੀ ਕਰਨਾ ਹੈ ਜੇ ਤਾਂ ਖੇਤ ਦੇ ਵਿੱਚ ਸਵਾੰਕ ਤੇ ਝੋਨੇ ਦੇ ਮੁੱਥੇ ਐ ਫੇਰ ਤਾਂ ਤੁਹਾਡੇ ਕੋਲੇ ਨੋਮਨੀ ਗੋਲ ਵਾਲਾ ਸਾਲਟ ਵਾਲਾ ਸਾਲਟ ਹੈਗਾ 100 ਮੀਲੀਟਰ ਦੀ ਸਪਰੇ ਹੋ ਜੂਗੀ ਜੇ ਤੁਹਾਡੇ ਖੇਤ 'ਚ ਕੱਲੇ ਘਾਹ ਨਹੀਂ ਲੈਪਟੋਕਲੋਵਾ ਚੀਨੀ ਕਾ ਕਨਕੀ ਕਾ ਹੈ ਤਾਂ ਫੇਰ ਤੁਸੀਂ ਰਾਈਸਟਾਰ ਵਾਲਾ ਸਾਲਟ 400 ml ਪਾਉਂਗੇ ਜੇ ਤੁਹਾਡੇ ਖੇਤ ਦੇ ਇਕੱਲੇ ਮੋਥੇ ਤੇ ਚੋੜੇ ਪੱਤੇ ਵਾਲੇ ਨਦੀਨ ਹੈ ਜਿਵੇਂ ਘ੍ਰੀਲਾ ਸਣੀ ਵਗੈਰਾ ਹੈਗਾ ਕੋਈ ਵੀ ਚੋੜੇ ਪੱਤੇ ਵਾਲੇ ਹੈਗੇ ਆ ਤਾਂ ਤੁਸੀਂ ਐਲ ਗ੍ਰੈਪ ਵਾਲਾ ਸਾਲਟ ਪਾ ਸਕਦੇ ਹੋ 30 ਗ੍ਰਾਮ ਸਨ ਰਾਈਜ਼ ਵਾਲਾ ਪਾ ਸਕਦੇ ਹੋ 50 ਗ੍ਰਾਮ ਲੋਂਡੈਕਸ ਵਾਲਾ ਸਾਲਟ ਪਾ ਸਕਦੇ ਹੋ 40 ਗ੍ਰਾਮ ਸੈਗਮੈਂਟ ਵਾਲਾ ਸਾਲਟ ਪਾ ਸਕਦੇ ਹੋ 16 ਗ੍ਰਾਮ ਪਰੰਤੂ ਇਹ ਨਿੱਕੇ ਨਿੱਕੇ ਨੂੰ ਮਾਰੇਗਾ ਇਹ ਧਿਆਨ ਰੱਖਿਓ ਜੋ 2 ਤੋਂ 4 ਪੱਤਰੀ ਬਸਤਰ ਵਿੱਚ ਮੰਨ ਲਓ ਹੁਣ ਤੁਹਾਡੇ ਖੇਤ ਕੀ ਹੋ ਗਿਆ ਤੁਹਾਡੇ ਖੇਤ ਚ ਝੋਨੇ ਦੇ ਮੋਥੇ ਵੀ ਹੈਗੇ ਆ ਦੇ ਨਾਲ ਚੌੜੀ ਪੱਤੀ ਵਾਲੇ ਨਦੀਨ ਵੀ ਹੈਗੇ ਆ ਤੇ ਥੋੜੇ ਜਿਹਾ ਮੋTHA ਵੱਡਾ ਵੀ ਹੋ ਗਿਆ ਤਾਂ ਉੱਥੇ ਐਲ ਐਮ ਐਕਸ ਵਾਲਾ ਸਾਲਟ ক্লোਰੋਮਿਊਰਾਨ ਇਥਾਈਲ ਤੇ ਮੈਟ ਸਲਫਿਊਰਾਨ ਇਥ ਮੈਥਾਈਲ 8 ਗ੍ਰਾਮ ਕਿਲੇਰਾ ਕੰਮ ਕਰਦਾ ਵਧੀਆ ਹੁਣ ਗੱਲ ਵੱਖਰੀ ਹੋ ਗਈ ਕਿ ਆਟੜੇ ਕੋਲੇ ਸਵਾੰਕ ਵੀ ਆ ਗਿਆ ਝੋਨੇ ਦੇ ਮੋਥੇ ਵੀ ਆ ਗਏ ਤੇ ਚੌੜੀ ਪੱਤੀ ਵਾਲਾ ਨਦੀਨ ਵੀ ਆ ਗਿਆ ਤੇ ਕੋਈ ਵੀ ਆ ਗਈ ਕੋਈ ਕੋਈ ਸਮਝਦੇ ਹੋ ਨਾ ਜਿਹੜਾ ਪਿਆਜ਼ੀ ਹੁੰਦੀ ਹੈ ਉਹ ਵੀ ਹੋ ਗਈ ਪਿਆਜ਼ੀ ਅਰ ਕਾ ਹੁੰਦਾ ਤਾਂ ਉਹਦੇ ਲਈ ਇੱਕ ਨਵੀਂ ਦਵਾਈ ਆਈ ਹੈ ਨੋਵਿਕ ਸੈੱਟ ਇਹ ਸਾਰਾ ਕੁਝ ਹੈਗਾ ਜੇ ਕੱਲੀ ਪਿਆ ਜੀਏ ਫਿਰ ਤੁਸੀਂ ਇਹ ਲਗ ਰਿਹਾ ਪਲਾ ਸਾルト ਵਰ ਸਕਦੇ ਹੋ ਤੁਸੀਂ ਜਿਹੜਾ ਹੈਗਾ ਇਹ ਐਲ ਐਮ ਐਕਸ ਵਰ ਸਕਦੇ ਹੋ ਆਲਾ ਸਾਲਟ ਵਰ ਸਕਦੇ ਹੋ 8 ਗ੍ਰਾਮ ਜੇ ਤੁਹਾਨੂੰ ਇਸ ਕੇ ਸਾਰਾ ਕੁਝ ਹੈਗਾ ਫਿਰ ਨੋਵਿਕ ਸੈੱਟ ਵਾਲਾ ਸਾਲਟ ਜਿਹੜਾ ਹੈਗਾ ਫਲੋਰ ਪਾਇਰਾਕਸੀਫੇਨ ਤੇ ਇਹਦੇ ਪਨੋਕਸੋਲਮ ਜਿਹੜਾ ਰਲਿਆ ਹੋਇਆ ਹੋਇਆ ਹੈ ਇਸੇ ਇਹ 500 ਐਮਐਲ ਪਾਵੇਗਾ ਇਸੇ ਤਰੀਕੇ ਨਾਲ ਇਸ ਰੇਂਜ ਦੇ ਵਿੱਚ ਮੈਂ ਕਿ ਝੋਨੇ ਦੇ ਸਵਾਕ ਮੋਥੇ ਗੰਢੀ ਵਾਲਾ ਮੋਥਾ ਤੇ ਜਿਹੜਾਗਾ ਚੌੜੀ ਪੱਤੀ ਲੈ ਨਦੀਨ ਹੈ ਇਹ ਚ ਕੋਈ ਨਹੀਂ ਹੈਗੀ ਠੀਕ ਹੈ ਇਹ ਚੀਜ਼ਾਂ ਤਾਂ ਇਹਨਾਂ ਨੇ ਕੀ ਕੀਤਾ ਬਸ ਪਾਇੀ ਬਿਕ ਸੋਡੀਅਮ ਆਕੇ ਇਹਨਾਂ ਨੇ ਕੀ ਕੀਤਾ ਨੋਮਨੀ ਗੋਲਡ ਤੇ ਐਲਗ ਮਿਕਸ ਦੋਵੇਂ ਮਿਲਾ ਕੇ ਇੱਕ ਦਵਾਈ ਆ ਗਈ ਇੱਕ ਇਸ ਦੋਵਾਂ ਵਾਲਾ ਸਾਲਟ ਇਹਦੇ ਵਿੱਚ ਤਾਂ ਇਹਨੂੰ ਤੁਸੀਂ 40 ਗ੍ਰਾਮ ਕਿਲੇਰੀ ਪਾਕੇ ਸਪਰੇਅ ਕਰ ਸਕਦੇ ਹੋ ਤਾਂ ਇਹਦੇ ਨਾਲ ਨਦੀਨ ਮਰ ਜਾਏਗਾ ਪਰ ਧਿਆਨ ਇਹ ਰੱਖੋ ਕਿ ਖੇਤ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਖੇਤ ਗਿੱਲਾ ਹੋਣਾ ਚਾਹੀਦਾ ਤੇ 24 ਤੋਂ 48 ਘੰਟੇ ਦੇ ਵਿੱਚ ਵਿੱਚ ਆਪਾਂ ਦੁਬਾਰਾ ਪਾਣੀ ਖੇਤ ਚਲਾ ਦੇਣਾ ਤੇ ਕੱਟ ਵਾਲੀਆਂ ਟੱਕ ਵਾਲੀਆਂ ਨੋਜ਼ਲ ਨਾਲ ਸਪਰੇਅ ਕਰਨੀ ਹੈ ਤੇ ਤੁਹਾਡਾ ਜਿਹੜਾ ਹੈਗਾ ਸਾਰੇ ਸਾਰੇ ਨਦੀਨ ਮਰ ਜਾਵੇਗਾ ਇਸ ਚੀਜ਼ ਦਾ ਧਿਆਨ ਤੁਸੀਂ ਇੱਥੇ ਰੱਖੋਗੇ ਠੀਕ ਹੈ ਅੱਗੇ ਆਪਾਂ ਸਿੱਧੀ ਵਿਜਾਈ ਦੇ ਵਿੱਚ ਕਿਹੜੇ ਕਿਹੜੇ ਵਰਤਨੇ ਆ ਉਹ ਤੇ ਆਪਾਂ ਲੱਗ ਗੱਲ ਕਰਾਂਗੇ ਉਮੀਦ ਕਰਦਾ ਹਾਂ ਕਿ ਜਾਣ ਕੇ ਲਾਇਕਨ ਸਭਤ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ